ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਘੁੰਮ ਗਏ ਕਰਾਂ ਦੇ ਬਾਰਨੀ हाँ बाबा मैं सनी हाँ क्या हाल है और सुनाओ अच्छा यह बुजुर्ग ने जिन्हें उम्र माशाल्लाह 112 साल होगी चार दो यार अभी 112 हाँ अच्छा अच्छा बाबा जी सानू दसो फिर तुसी इंडिया जो आए हो जो पाकिस्तान बनया पर की बीती रस्ते किस तरह का तुहाडा सफर है ਪਹਿਲਾਂ ਰੌਲਾ ਪਿਆ ਅੰਮ੍ਰਿਤਸਰ ਦੇ ਵਿੱਚ ਹਾਂਜੀ ਅੰਮ੍ਰਿਤਸਰ ਜਿਹੜਾ ਸਾਰਾ ਲੂਟ ਸਿੱਟਿਆ ਸੀ ਮੁਸਲਮਾਨਾਂ ਨੇ ਹਿੰਦੂਆਂ ਨੇ ਅੱਛਾ ਜ਼ਿਆਦਾ ਹਿੰਦੂ ਸੀ ਉੱਥੇ ਅੱਛਾ ਸਿੱਖ ਘੱਟ ਸੀ ਅੱਛਾ ਅੱਛਾ ਉਹ ਰੌਲਾ ਪੈਂਦਾ ਪੈਂਦਾ ਵਾਢੀ 'ਚ ਪਿਆ ਵਾ ਜੋ ਕਣਕ ਦੀ ਵਾਢੀ ਆ ਅਤੇ 2-3 ਮਹੀਨੇ ਰੌਲਾ ਪੈਂਦਾ ਪੈਂਦਾ ਫਿਰ ਹੀ ਉਹ ਬਿਲਕੁਲ ਵਾਹ ਹੋ ਗਈ ਨਾ ਅਤੇ ਫਿਰ ਆਣ ਹੋ ਗਿਆ ਵੀ ਮੁਸਲਮਾਨ ਜੁੜੇ ਹੋਏ ਹਨ ਇਹ ਕਿੱਥੋਂ ਹੋਇਆ ਮਾਮੂਲੀ ਗੱਲ ਤੋਂ ਅਤੇ ਉਹ ਕਹਿੰਦੇ ਸੀ ਸਿੰਘ ਇਹ ਕਹਿੰਦੇ ਸੀ ਮੁਸਲਮਾਨ ਵਿੱਚ ਸਿੰਘ 'ਚ ਕਿਉਂ ਵਾਂਗ ਦਿੰਦੇ ਹੋ ਅੱਛਾ ਪਸ਼ੂ ਦੇ ਸਿੰਘ 'ਚ ਉਹ ਕਹਿੰਦੇ ਤੁਸੀਂ ਸਪੀਕਰ 'ਚ ਕਿਉਂ ਆਵਾਜ਼ ਦਿੰਦੇ ਆ ਅੱਛਾ ਇੱਥੋਂ ਪਸਾਦ ਪੈਂਦਾ ਪੈਂਦਾ ਵੱਧਦਾ ਵੱਧਦਾ ਜੀ ਅਖੀਰੀ ਉਹ ਮਰ ਗਏ ਵਿੱਚ ਰੁੜ ਗਏ ਵਿੱਚ ਗਲ ਗਏ ਸਾਰਾ ਸ਼ਹਿਰ ਦੀਆਂ ਛੱਤਾਂ ਲੂਹ ਸਿੱਟੀਆਂ ਪਾਪਾ ਉੱਤੇ ਮਿੱਟੀਆਂ ਤੇ ਤੁਸੀਂ ਜਦੋਂ ਬਾਬਾ ਤੁਸੀਂ ਆਏ ਇੰਡੀਆ ਵਿੱਚੋਂ ਪਾਕਿਸਤਾਨ ਤੁਸੀਂ ਆਏ ਤੁਹਾਡੇ ਪਿੱਛੇ ਯਾਰ ਦੋਸਤ ਹੋਣੇ ਤੁਹਾਨੂੰ ਨਾਮ ਯਾਦ ਉਹਨਾਂ ਦੇ ਸਾਰੀ ਦੁਨੀਆਂ ਦੇ ਮੈਂ ਕੱਲ੍ਹ ਵੀ ਗਿਣਦਾ ਰਿਹਾ ਅਤੇ ਅੱਜ ਵੀ ਕਿਸੇ ਦੀ ਭੁੱਲ ਨਹੀਂ ਸਾਰੇ ਬੰਦੇ ਦੇ ਮੈਨੂੰ ਨਾਮ ਤੁਹਾਡੇ ਕਿਹੜੇ ਯਾਰ ਦੋਸਤ ਵੀ ਤੁਹਾਡੇ ਬੇਲੀ ਸੀ ਸਿੱਖ ਸੀ ਸਰਦਾਰ ਸੀ ਸਰਦਾਰ ਸੀ ਤੁਹਾਡੇ ਬੇਲੀ ਯਾਰ ਦੋਸਤ ਉੱਥੇ ਇੰਡੀਆ 'ਚ ਜਿਹੜੇ ਰਹਿ ਗਏ ਉੱਥੇ ਮੈਂ ਕਹਿੰਦਾ ਵੀ ਰਹਿ ਗਿਆ ਕੀ ਵੀ ਜਿਹੜੇ ਸੀ ਨਾ ਸਾਈ ਉਹ ਵੀ ਸਾਰੇ ਇੱਕ ਇੱਥੇ ਆਇਆ ਸਾਈ ਪਿੰਡ ਦੇ ਸਾਡੇ ਆ ਜਮਸ਼ੇਰ ਉੱਥੇ ਆਇਆ ਉਹ ਚੜ੍ਹਦੇ ਰਿਹਾ ਚਲੇ ਗਿਆ ਈਸਾ ਉਹਦਾ ਨਾਂ ਸੀ ਅੱਛਾ ਇਹਨਾਂ ਨੂੰ ਈਸਾ ਮਸੀਹ ਕਹਿੰਦੇ ਆ ਈਸਾਈਆਂ ਨੂੰ ਮਸੀਹ ਜਿਹੜੇ ਸਿੱਖ ਵਾ ਉਹਨਾਂ ਨੂੰ ਕਹਿੰਦੇ ਆ ਅਤੇ ਉਹ ਕਹਿੰਦੇ ਆ ਇਹ ਆਪਣਾ ਕੇਸਰ ਸਿਉਂ ਉਹ ਸਿਉਂ ਕਹਿੰਦੇ ਆ ਹਰ ਗੱਲ ਨੂੰ ਸਿਉਂ ਜੇ ਤੇਰਾ ਨਾਂ ਜਾਣੇ ਨਾ ਉਹਨੂੰ ਵੀ ਸਿਉਂ ਹੀ ਉਹਨੇ ਕਹਿਣਾ ਹੈ ਨਾਂ ਲੈ ਕੇ ਸਨੀ ਰਾਮ ਅਤੇ ਅੱਛਾ ਇੱਦਾਂ ਉਹਨੇ ਕਰ ਕਰਕੇ ਅਤੇ ਸਾਰੇ ਨਾਂ ਜਿਹੜੇ ਖੱਤਰੀ ਆ ਉਹ ਕਹਿ ਲੈਂਦੇ ਸੀ ਨਾਂ ਅਤੇ ਜਦੋਂ ਰਸਤੇ 'ਚ ਕਹਿੰਦੇ ਸੁਣਿਆ ਕਿ ਜਦੋਂ ਰਾਹ ਦੇ ਵਿੱਚ ਲੋਕ ਸਿੱਖਾਂ ਨੇ ਮਾਰ ਦਿੱਤਾ ਖੂਹਾਂ 'ਚ ਪਾਣੀ ਜ਼ਹਿਰ ਸਿੱਟਦਾ ਮੈਂ ਆਪ ਸਿੱਖ ਮਾਰਿਆ ਆ ਅੱਛਾ ਤਲਵਾਰ ਮਹਿਸ਼ਕਿਆਂ ਦੇ ਕੋਲ ਹੀ ਉਸ ਤਲਵਾਰ ਜਿਹਦਾ ਮਾਰਿਆ ਇਹਨਾਂ ਕੋਲ ਇਹਨਾਂ ਨੂੰ ਜੇ ਤੁਸੀਂ ਪਾਕਿਸਤਾਨ ਆ ਰਹੇ ਸੀ ਜਿਹਦੇ ਕਰਕੇ ਆ ਰਹੇ ਸੀ ਰਸਤੇ 'ਚ ਮਾਰਿਆ ਉਹ ਪਹਿਲਾ ਜਿਹੜਾ ਕੰਮ ਲੱਗਾ ਨਾ ਪਹਿਲਾ ਪਿੰਡੋਂ ਨਿਕਲ ਕੇ 2-5 ਮੀਲਾਂ 'ਤੇ ਅਜੇ ਸੜਕ ਕੋਈ ਨਹੀਂ ਆਈ ਪੱਕੀ ਕੱਚਾ ਹੀ ਆ ਸਹੀ ਉੱਥੇ ਉਹ ਸਾਡੀਆਂ ਮੱਝਾਂ ਅਸਕਰ ਇੰਨਾ ਮਾਲ ਜਿਹੜਾ 5-7 ਪਿੰਡ ਸੀ ਉਸ ਕੈਂਪ ਦੇ ਵਿੱਚ ਉਹ ਰਾਤੇ ਨੂੰ ਵੱਢ ਵੱਢ ਕੇ ਤਾਂ ਫਸਲਾਂ ਨੂੰ ਪੱਠੇ ਪਾਉਣੇ ਤੂੜੀਆਂ ਲਿਆਉਣੀਆਂ ਦਾਣੇ ਲਿਆਉਣੇ ਲੋਕਾਂ ਨੇ ਜਿਹਨਾਂ ਕੋਲ ਘੱਟ ਵਾ ਗੱਡਿਆਂ ਦੇ ਅਤੇ ਗੱਡਾ ਹਰ ਘਰ ਦਾ ਹੁੰਦਾ ਸੀ ਗੱਡਿਆਂ ਵਿੱਚ ਤੁਸੀਂ ਬਹਿ ਕੇ ਆਏ ਗੱਡਿਆਂ 'ਤੇ ਆਏ ਹਾਂ ਬੋਲ 3 ਅਸੀਂ ਮੱਝਾਂ ਛੱਡੀਆਂ ਮਹੀਨਾ ਡੂਢ ਸਾਂਭ ਕੇ ਫਿਰ ਮੀਂਹ ਆ ਗਿਆ ਫਿਰ ਹੜ੍ਹ ਆ ਗਿਆ ਹੜ੍ਹ ਸੜਕ ਦੇ ਉੱਤੇ ਇੱਕ ਗੰਬਾ ਜਿੱਡੀ ਦੂਰ ਬੰਦੇ ਜਿੱਡਾ ਉੱਚੇ ਗਾਇਬ 11 ਮੀਲਾਂ 'ਚ ਦਰਿਆ ਤੋਂ ਫਟਵੇ ਮੋਹਰੇ ਮੇਰਾ ਗੱਡਾ ਸੀ ਮੁਖਤਿਆਰ ਮੈਨੂੰ ਕੀਤਾ ਆਇਆ ਸੀ ਮੈਨੂੰ ਜਾਚ ਬੜੀ ਸੀ ਤਾਂ ਬਾਬਾ ਸਾਰੇ ਭਰਾ ਇਕੱਠੇ ਸੀ ਤੁਸੀਂ ਆਏ ਨਾਲ ਹੀ ਸੀ ਗੱਡੇ ਇੱਕ ਜੀ ਗੱਡੇ ਭੈਣ ਭਰਾ ਸਰ ਜਿਹੜਾ ਸਮਾਇਆ ਸੀਗਾ ਉਹ 18 ਵਿੱਚ ਪਹਿਲੋਂ ਸਾਡੀ ਭੈਣ ਲਏ ਸੀ ਉਹ ਹੌਲਾ ਜਿਹਾ ਸੀ ਛੋਟਾ ਅੱਛਾ ਤੁਹਾਡੀ ਉਦੋਂ ਉਮਰ ਕਿੰਨੀ ਹੋਣੀ ਮੇਰੀ ਉਮਰ ਤੈਨੂੰ ਦੱਸਿਆ ਵੀ 40 ਸਾਲ ਉੱਧਰ ਹੋ ਗਈ ਅੱਛਾ ਅੱਛਾ ਜਦੋਂ ਤੁਸੀਂ ਆਏ ਤਾਂ ਰਸਤੇ ਵਿੱਚ ਫਿਰ ਤੁਹਾਡੀ ਲੜਾਈ ਹੋਈ ਸਿੱਖਾਂ ਨਾਲ 70 ਅਤੇ 72 ਸਾਲ ਇੱਥੇ ਆਇਆ ਹੋਊਗਾ 72 ਸਾਲ 70 ਐਲਾਨ ਸੁਣਿਆ ਸੀ ਨਾ ਹਾਂਜੀ 72 ਸਾਲ ਹੋ ਗਏ ਸਾਡੇ ਇੱਥੇ ਅਤੇ ਲੜਾਈ ਸਾਰੀ ਹੁੰਦੇ ਫਿਰ ਅਖੀਰੀ ਉੱਠਣ ਦਾ ਨਹੀਂ ਸੀ ਪਤਾ ਜਿਸ ਵੇਲੇ ਅਸੀਂ ਰਾਤ ਨੂੰ ਉੱਠੇ ਹਨ ਨਾ
ਰਾਣ ਹੋਏ ਉੜਖੜੋ ਜਿਹੜਾ ਦਿਨ ਚੜ੍ਹਦੇ ਰਹਿ ਗਿਆ ਉਹ ਮਾਰਿਆ ਜਾਊਗਾ ਸਹੀ ਕਿਉਂ ਉਹਨਾਂ ਦਾ ਹੋ ਗਿਆ ਨਾ ਇਲਾਕਾ ਉਹ ਸਾਡਾ ਇਲਾਕਾ ਫਿਰ ਇੱਧਰ ਹੋ ਗਿਆ ਇੱਧਰ ਮੁਸਲਮਾਨਾਂ ਨੂੰ ਹਿੰਦੂਆਂ ਨੂੰ ਉੱਦਾਂ ਕਿਹਾ ਗਿਆ ਉੱਧਰ ਸਾਨੂੰ ਕਿਹਾ ਗਿਆ ਜੇ ਤੁਸੀਂ ਰਸਤੇ ਵਿੱਚ ਆਏ ਰਾਜ ਵੇਖਿਆ ਤੁਸੀਂ ਲਾਸ਼ਾਂ ਪਈਆਂ ਸਿੱਖਾਂ ਨੇ ਮਾਰੇ ਮੁਸਲਮਾਨ ਤੁਸੀਂ ਤੁਹਾਨੂੰ ਨਜ਼ਰ ਆਏ ਰਸਤੇ ਵਿੱਚ ਉਹ ਪਹਿਲਾਂ ਸੀ ਨਾ ਮਾਰੇ ਥੋੜ੍ਹੇ ਥੋੜ੍ਹੇ ਪਹਿਲਾਂ ਨੱਠ ਭੱਜ ਕੇ ਉਹਨਾਂ ਨੇ ਸਾਨੂੰ ਅੱਛਾ ਇੱਦਾਂ ਹੀ ਸਾਡੇ ਲੋਕਾਂ ਨੇ ਇੱਧਰ ਮਾਰੇ ਮੁਸਲਮਾਨਾਂ ਨੇ ਵੀ ਮਾਰੇ ਮੁਸਲਮਾਨਾਂ ਨੇ ਘੱਟ ਮਾਰੇ ਘੱਟ ਮਾਰੇ ਉਹਨਾਂ ਨੇ ਜ਼ਿਆਦਾ ਮਾਰੇ ਇਹ ਸੁਣਿਆ ਕਿ ਉਹਨਾਂ ਨੇ ਕਰਕੇ ਉਹਨਾਂ ਨੇ ਖੂਹਾਂ 'ਚ ਜ਼ਹਿਰ ਸੁੱਟਦਾ ਸੀ ਕਿ ਪਾਣੀ ਨਾ ਪੀਣ ਜ਼ਹਿਰ ਸਾਡਾ ਮੇਰੀ ਗੱਲ ਸੁਣ ਜਦੋਂ ਸਾਡੇ ਪਿੰਡੋਂ ਉੱਠਿਆ ਜ਼ਹਿਰ ਨਹੀਂ ਪਈ ਅੱਛਾ ਇੱਕ ਕੈਂਪ ਦੇ ਵਿੱਚ ਨਹੀਂ ਪਈ ਪਹਿਲੇ ਦੇ ਵਿੱਚ ਸਹੀ ਉਸ ਵੇਲੇ ਸਾਨੂੰ ਵੀ ਸ਼ੱਕ ਸੀ ਵੀ ਇਹ ਪਿਛਾ ਮਾਉਣਾ ਅੱਛਾ ਅਤੇ ਇੱਕ ਵਾਜਾ ਮਾਰਦਾ ਹੁੰਦਾ ਸਿੱਖ ਦੋ ਆਣ ਕੇ ਲਾਗੇ ਕਿੱਲੇ ਡੂਰ 'ਤੇ ਬਹਿ ਕੇ ਮੰਦਿਆ ਅਤੇ ਕੁਛ ਚਾਹੀਦਾ ਲਿਆਈਏ ਅੱਛਾ ਦਾਣੇ ਖੰਡਾਂ ਗੁੜ ਭਰੇ ਆ ਘਰ ਪਿੱਛੇ ਵੀ ਲਿਆਈਏ ਭਾ ਗੱਡਾ ਬਾਬਾ ਬਹਿ ਜਾਓ ਤੁਸੀਂ ਉਹ ਫਿਰ ਲੋਕਾਂ ਨੇ ਕਿਹਾ ਵੀ ਤੁਸੀਂ ਹੁਣ ਕੁਛ ਨਾ ਲਵੋ ਇਹਨਾਂ ਕੋਲ ਉਹ ਇਹ ਤਾਂ ਗੱਲ ਹੋ ਗਈ ਵੀ ਮੱਝਾਂ ਸਾਡੀਆਂ ਲਾਗੇ ਲਾਗੇ ਜਿਹੜੀਆਂ ਚੂਣੀਆਂ ਛੱਡਦੇ ਕਿੱਲੇ ਕਿੱਲੇ 'ਤੇ ਉਹ ਫਲ ਰਹਿ ਪੈ ਸਹੀ ਬਸ ਮੇਰਾ ਪਹਿਰਾ ਹੁੰਦਾ ਸੀ ਦੁਪਹਿਰ ਨੂੰ ਘੋੜੀ ਦੇ ਉੱਤੇ ਮੈਂ ਹੁੰਦਾ ਅੱਗੇ ਘੋੜੀ ਦਾ ਪਤਾ ਨਹੀਂ ਘੋੜੀ ਇੰਨੀ ਚਲਾਕ ਸਾਡੇ ਪੀਰਾਂ ਦੀ ਲਾਗੜੇ ਸੀ ਲਾਗੜਾ ਪਿੰਡ ਉੱਥੇ ਦੇ ਪੀਰਾਂ ਦੀਆਂ ਘੋੜੀਆਂ ਸੀ ਦੋ ਅੱਛਾ ਉਹ ਫਿਰ ਇੱਕ ਦੇ ਮੈਂ ਉਹ ਮੇਰੀ ਤੋਂ ਪੀਰ ਤੇ ਪਤਾ ਨਹੀਂ ਕਿੱਥੇ ਰਹੇ ਅਸਾਂ ਅਸੀਂ ਤਾਂ ਦੇਖਿਆ ਨਹੀਂ ਘੋੜੀਆਂ ਸਾਡੇ ਲਾਗੇ ਬਣ ਗਏ ਵੀ ਆਹ ਮੰਡ ਕੁੱਲੇ ਦੇ ਬੰਦੇ ਆ ਅੱਛਾ ਉਹ ਫਿਰ ਘੋੜੀਆਂ ਦੇ ਪੱਠੇ ਪੁੱਠੇ ਵੀ ਛਿੜ ਦੇਣੇ ਅਤੇ ਉਹਨਾਂ ਦਾ ਉਹਨਾਂ ਦੀ ਛਾਂ ਵੀ ਕਰਨੀ ਕਿ ਕੁਥਾਂ ਬੰਨ ਦੇਣੀ ਉਹ ਫਿਰ ਪਹਿਰਾ ਸਾਡਾ ਲੱਗ ਗਿਆ ਪਹਿਰਾ ਫਿਰ ਦੁਪਹਿਰ ਨੂੰ ਮੇਰਾ ਹੁੰਦਾ ਸੀ ਅਤੇ ਮੈਂ ਫਿਰ ਉਹ ਸਿੱਖ ਨਾ ਹਟਣ ਮੈਂ ਘੋੜੀ ਪਜਾ ਕੇ ਸਿੱਖ ਦੇ ਆਹ ਮਾਰੀ ਅਤੇ ਲਵਾ ਅੱਛਾ ਉਹ ਤਾਂ ਹੁਣ ਸਾਹ ਰਹਿ ਗਿਆ ਮਾੜਾ ਮਾੜਾ ਅੱਛਾ ਜਿਹੜਾ ਦੂਸਰਾ ਬੰਦਾ ਸੀ ਮਗਰ ਮੇਰੇ ਘੋੜੀ ਵਾਲਾ ਉਹਨੇ ਫਿਰ ਮਾਰੀ ਆ ਲੱਕ 'ਚ ਅੱਛਾ ਅਤੇ ਫਿਰ ਬਾਬਾ ਤੁਹਾਡੇ ਵਾਸਤੇ ਮੁਸ਼ਕਿਲ ਨਹੀਂ ਬਣੀ ਉੱਥੇ ਮੁਸ਼ਕਿਲ ਨਹੀਂ ਹੋਈ ਤੁਹਾਡੇ ਵਾਸਤੇ ਮੈਂ ਕਿ ਨਾ ਜਿੰਨੀ ਉਹਨਾਂ ਨੂੰ ਹੋਈ ਆ ਮੁਸ਼ਕਿਲ ਉਹਦੇ ਨਾਲ ਸਾਡੇ ਮੁਸਲਮਾਨਾਂ ਨੂੰ ਜ਼ਿਆਦਾ ਹੋਈ ਆ ਜ਼ਿਆਦਾ ਉੱਥੋਂ ਫਿਰ ਤੁਸੀਂ ਨਿਕਲ ਗਏ ਉਹ ਬੇਕਰ ਕੇ ਨਿਕਲੇ ਆ ਸਾਨੂੰ ਮਾਰਦੇ ਆ ਸਾਡੇ ਮੁਸਲਮਾਨ ਜਿਹੜੇ ਸੀ ਨਾ ਇੱਧਰ ਇਹ ਉਹਨਾਂ ਨੂੰ ਘੱਟ ਮਾਰਦੇ ਅੱਛਾ ਉਹ ਮਰ ਗਿਆ ਸੀ ਸਿੱਖ ਫਿਰ ਜਿਹਨੂੰ ਤੁਸੀਂ ਤਲਵਾਰ ਮਾਰੀ ਹਾਂ ਇੱਕ ਹੀ ਮੈਂ ਮਾਰਿਆ ਮੈਂ ਵਾਧੂ ਨਹੀਂ ਮਾਰਿਆ ਮੈਂ ਇੱਕ ਹੀ ਮਾਰਿਆ ਮੱਝਾਂ ਜੋ ਵੱਜਦੇ ਸੀ ਬਸ ਉਦੋਂ ਤੋਂ ਫੜ ਗਏ ਮੱਝਾਂ ਵਾਲ ਨੂੰ ਅੱਛਾ ਉੱਥੇ ਜਿਹੜਾ ਤੁਹਾਡਾ ਘਰ ਵਾ ਉਹ ਮੌਜੂਦ ਹੋਏਗਾ ਉਹ ਇੰਡੀਆ ਜਿਹੜਾ ਤੁਹਾਡਾ ਪਿੰਡ ਸੀ ਉਹ ਪਿੰਡ ਨਹੀਂ ਮਜ਼ਬੂਤ ਕਿੱਦਾਂ ਨਹੀਂ ਮਜ਼ਬੂਤ ਹੜ੍ਹ ਬਹੁਤ ਵੱਡਾ ਭਾਰਾ ਆ ਜਿੱਦਣ ਇਹ 21 ਦਿਨ ਕੈਂਪ ਰਿਹਾ ਸਾਡੇ ਉੱਥੇ ਲਾਗੇ 5 ਮੀਲਾਂ 'ਤੇ ਅੱਛਾ ਉਹ 21 ਦਿਨ ਲੰਘ ਗਏ ਇੱਦਾਂ ਮੁੜ ਕੇ ਵਿੱਚ ਦੂਸਰੀ ਵਾਰੀ ਉੱਠ ਕੇ ਆਏ ਨਾ ਦਰਿਆ ਦੇ ਇਲਾਕੇ 'ਤੇ 20 ਮੀਲ 'ਤੇ ਉਹ ਵੀ ਪਾਕਿਸਤਾਨ 'ਚ ਹੀ ਸੀਗਾ ਛਪਰੀ ਪਾ ਕੇ ਸਾਲ ਕੱਢ ਲਿਆ ਅੱਛਾ ਤੇ ਜਿਹੜੇ ਆਮ ਦੁਨੀਆਂ ਉਧਰ ਦੇ ਇਧਰੋਂ ਕਰ ਲਏ ਆ ਸਹੀ ਕੋਈ ਰਹਿ ਗਿਆ ਇੱਧਰ ਦੀਆਂ ਜਿਹੜੇ ਸਿੱਖ ਗਏ ਉਹਨਾਂ ਨੂੰ ਵੀ ਮਿਲ ਗਿਆ ਘਰ ਕਿਉਂ ਜਿੰਨੀ ਦੁਨੀਆ ਉਜੜੀ ਉੱਨੀ ਆਈ ਇਹ ਹੈਗੀ ਆ 1000 ਮੀਲ ਪੈਣੇ 'ਚ ਸਾਡਾ ਪਾਕਿਸਤਾਨ ਸਹੀ ਚਾਰ ਚਫੇਰੇ ਨੂੰ ਉਹ ਹੈਗਾ 9000 ਮੀਲ ਤੁਹਾਡੇ ਬਾਬਾ ਕਿੰਨੇ ਬੱਚੇ ਨੇ ਤੁਹਾਡੇ ਆਪਣੇ ਤੁਹਾਡੇ ਕਿੰਨੇ ਬੱਚੇ ਤੁਹਾਡੇ ਬੇਟੇ ਕਿੰਨੇ ਬੱਚੇ 8 ਬੇਟੇ ਤੁਹਾਡੇ ਬੇਟੀਆਂ ਕੁੜੀਆਂ ਇੱਕ ਸੀਗੀ ਉਹ ਵੀ ਇੱਥੇ ਬਤਾਲੀ ਦੇ ਵਿੱਚ ਚਲੀ ਜਾਂਦੀ ਸੀ ਮੁਰੱਬੇ ਤੁਹਾਡੀ ਬਾਬਾ ਉਮਰ ਕਿੰਨੀ ਹੋ ਗਈ ਹੋਣੀ 112 ਮੇਰੀ ਹੋ ਗਈ 100 ਤੂੰ ਗੇੜ ਖਾਂ ਸਾਂ ਮਾਂ ਕਿਹੜੇ ਗੇੜ ਖਾਂ ਕਿੰਨੀ ਹੈ ਤੈਨੂੰ ਨਹੀਂ ਪਤਾ ਲੱਗਦਾ ਕਿਹੜੇ ਸਾਂ ਜੀ ਬਾਬਾ ਤੁਹਾਡੀ ਪਦਾਇਸ਼ ਹੋਈ ਸੀ ਇਹ 71 ਤੇ 41 ਤੇ 41 ਕਿੰਨੇ ਬਣ ਗਏ ਤੇ ਬਣ ਗਏ 10-15 110 ਹੋ ਗਈ ਬਾਬਾ 110 ਇੱਥੇ ਕੀ ਆ ਸਾਰੇ ਦੱਸਦੇ ਵੀ 110 ਮਾਸ਼ਾਅੱਲਾ ਤੇ ਮੈਂ ਕਾਇਮ ਦਾ ਕਾਇਮ ਆ ਜਿਹੜੀ ਅੱਖਾਂ ਜਿਵੇਂ ਆਪ ਗੁਆਈਆਂ ਮਾੜੀ ਲੋਕ ਘਟੀ ਤੇ ਮੈਂ ਵਡਵਾਈਆਂ
लकड़ी हो गया ना सोके अजे भी दिल करदा मैं काम करा रोज रात सोचदा मेनू रब देवे तो मैं अजे काम करा अजे भी मेरे च हिम्मत है भाव मैं सुक गया अजे मेरे च हिम्मत ज्यादा मतलब होंगी मेनू अपने आप एडी मेरे हिम्मत सी लोगों ने कहना भी है की है कि लोगों के उत्ते भारी है मुंडा अच्छा थोड़े जो भरा से इस्माइल बाबा इस्माइल बाबा जमाल थोड़े तो छोटे से थोड़े तो व्डे से मैं तो छोटे तुम सारे तो व्डे से वह फोत हो गए ने दोनों भैन तेनों व्डिया वह भी फोत हो गई ਤੁਸੀਂ ਹੁਣ ਮਾਸ਼ਾਅੱਲਾ ਜ਼ਿੰਦਾ ਮਤਲਬ ਤੁਹਾਡੀ 110 ਸਾਲ ਉਮਰ ਬਸ ਅਜੇ ਮੈਂ ਅਜੇ ਕਾਇਮ ਹਾਂ ਅੱਛਾ ਅਜੇ ਮੈਨੂੰ ਤੇ ਉੱਥੇ ਬਾਬਾ ਤੁਹਾਡਾ ਜਿਹੜਾ ਪਿੰਡ ਸੀ ਕੀ ਨਾਮ ਸੀ ਇੰਡੀਆ ਦੇ ਵਿੱਚ ਤੁਹਾਡਾ ਮੰਡਕੁਲਾ ਮੰਡਕੁਲਾ ਜੀ ਤੁਹਾਡੇ ਆਂਢੀ ਗੁਆਂਢੀ ਜਿਹੜੇ ਸੀ ਉਹ ਵੀ ਆਏ ਤੁਹਾਡੇ ਨਾਲ ਸਾਰਾ ਹੀ ਪਿੰਡ ਆ ਗਿਆ ਉਹ ਬਾਕੀ ਕਿੱਥੇ ਵਸ ਮੁਸਲਮਾਨਾਂ ਦਾ ਪਿੰਡ ਸੀ ਮੁਸਲਮਾਨਾਂ ਦਾ ਪਿੰਡ ਸੀ ਵਣਗੁੰਡਾ ਉਹ ਨਾਲ ਆ ਮੈਂ ਤੇ ਤੁਹਾਨੂੰ ਛੜਿਆ ਆਣ ਕੇ ਜਿਹੜਾ ਆਇਆ ਅੱਛਾ ਮੈਂ ਕਿਹਾ ਮੈਂ ਨਹੀਂ ਰਹਿਣਾ ਬਥੇਰਾ ਮੀਲ ਪੈ ਨੱਠੇ ਗਏ ਬੰਦੇ ਉਹ ਸਾਰੇ ਮੌਜੂਦ ਨੇ ਤੁਹਾਡੇ ਜਿਹੜੇ ਪਿੰਡ ਦਾ ਨਾਲ ਇੱਥੇ ਤੂੰ ਜਗ੍ਹਾ ਜਗ੍ਹਾ ਹੋਣੇ ਰਹਿੰਦੇ ਤੇਰੀ ਜ਼ਮੀਨ ਮੇਰੀ ਜ਼ਮੀਨ ਉਹ ਆ ਜਮਸ਼ੇਰ ਜਮਸ਼ੇਰ ਚੱਕ ਦੇ ਵਿੱਚ ਛੇ ਸਾਲ ਖਾਂਦੇ ਰਹੇ ਨੌ ਕਿੱਲੇ ਇੱਕ ਉਹ ਸਾਡੇ ਰਿਸ਼ਤੇਦਾਰ ਸੀਗੇ ਮਾਸੀ ਦੇ ਕੋਲ ਵੀ ਆ ਜਾਓ ਤੁਹਾਡੀ ਜ਼ਮੀਨ ਪਾਈ ਨੌ ਕਿੱਲੇ ਅਤੇ ਉਹ ਉਦੋਂ ਸੀ ਕਿੱਲਾ ਜੀ ਮੁੜ ਕੇ ਫਿਰ ਪਿਛਲੀ ਜ਼ਮੀਨ ਮਜ਼ਬੂਤ ਹੋਈ ਕਈਆਂ ਦੀ ਵੱਧ ਗਈ ਕਈਆਂ ਦੀ ਘੱਟ ਗਈ ਹਾਂਜੀ ਸਾਨੂੰ ਜ਼ਮੀਨ ਤਾਂ ਮੁਫਤ ਇੱਥੇ ਇਹ ਜਿੱਥੇ ਬੈਠਾ ਮੈਂ ਇਹ ਹੱਟੀਆ ਦੇ ਨਾਂ ਹਾਂਜੀ ਹਸਾਨਾਬਾਦ ਇੱਥੇ ਸਾਨੂੰ ਪਟਵਾਰੀ ਮੈਨੂੰ 8 ਮਰਬੇ ਪਾਉਂਦਾ ਸਹੀ ਕਿੱਦਾਂ ਮੈਂ ਕਹਿੰਦਾ ਸੀ 8 ਮਰਬੇ ਪਾ ਲਾ ਅਤੇ ਆ 29 ਦਿਨ ਤੋਂ ਮੈਂ ਵੱਟਾਂ ਪਵਾ ਕੇ ਅਤੇ ਝੋਨਾ ਬੀਜ ਦੂੰ ਜਿੰਤਰ ਬੀਜ ਦੂੰਗਾ ਉਸ ਉਹਨਾਂ ਨੂੰ ਰਵੈਦ ਕਰ ਦਾਂਗੇ ਤੂੰ ਅਗੇ ਨਾ ਅੰਗੂਠਾ ਲਾ ਅੱਛਰ ਸਿਉਂ ਬਸ ਉਹ ਨਾ ਉਹਨਾਂ ਦੇ ਹੋਰ ਨਾ ਭਾਵਾਂ ਉਹ ਸਾਡੇ ਵਰਗੇ ਹੋਣ ਉਹਨਾਂ ਦੇ ਵਿੱਚ ਹਿੰਦੂਆਂ ਦੇ ਹੋਰ ਨਾਂ ਦੇ ਵਿੱਚ ਵਾ ਅਤੇ ਪਰਮੇਸ਼ਰ ਜਾਗੇ ਹਰ ਗੱਲ ਨਾ ਸਹੀ ਜਿਹੜੇ ਸਿੱਖ ਸੀ ਨਾ ਇਹਦਾ ਨਾਂ ਹੈਗਾ ਵਾ ਤੁਨਸ਼ੀ ਸਿਉਂ ਮੁਨਸ਼ੀ ਸਿਉਂ ਤੁਸੀਂ ਬਾਬਾ ਜੀ ਦੱਸੋ ਜਦੋਂ ਤੁਸੀਂ ਆਏ ਪਾਕਿਸਤਾਨ ਵਿੱਚ ਜਦੋਂ ਪਾਕਿਸਤਾਨ ਬਣਿਆ ਤੇ ਕਿੰਨੇ ਤੁਸੀਂ ਭਰਾ ਇੱਥੇ ਆਏ ਪਾਕਿਸਤਾਨ ਦੇ ਵਿੱਚ ਅਸੀਂ ਤਿੰਨ ਭਰਾ ਤਿੰਨੋ ਹੀ ਭਰਾ ਸਾਰਾ ਟੱਬਰ ਹੀ ਸੀ ਕੀ ਨਾਂ ਸੀ ਉਹਨਾਂ ਭਰਾਵਾਂ ਦਾ ਆ ਇੱਥੇ ਆ ਜਮਾਲ ਨਹੀਂ ਹੈਗਾ ਇੱਕ ਨਾਂ ਆਸਮਾਇਲ ਇੱਕ ਨਾਂ ਜਮਾਲ ਜਮਾਲ ਹਾਜੀ ਜਮਾਲ ਤੁਸੀਂ ਵੱਡੇ ਸਾਰਿਆਂ ਤੋਂ ਮੈਂ ਵੱਡਾ ਸਹੀ ਤੇ ਸਭ ਤੋਂ ਪਹਿਲੇ ਸਾਡੀਆਂ ਭੈਣਾਂ ਸੀ ਤਿੰਨ ਅਸੀਂ ਆਪ ਸੀ ਸਾਰੇ ਭੈਣਾਂ ਵੀ ਇੱਥੇ ਰਹੀਆਂ ਵਾ ਇੱਥੇ ਆ ਗਏ ਤੁਸੀਂ ਹੁਣ ਮਰੇ ਆ ਸਾਡੀਆਂ ਭੈਣਾਂ ਵੀ ਮਰ ਗਈਆਂ ਜਿਹੜਾ ਮਾਮਾ ਮੇਹਰ ਵਾ ਸਾਡਾ ਮਾਮਾ ਮੇਹਰ ਹਾਂਜੀ ਇਹਦੇ 3-4 ਮੁੰਡੇ ਬੂਟਾ ਫਲਾਨਾ ਫਲਾਨਾ 3-4 ਆ ਹਾਂਜੀ ਸਾਰਿਆਂ ਦੇ ਨਾਮ ਹੀ ਯਾਦ ਵਾ ਅਤੇ ਮਰ ਵੀ ਸਾਰੇ ਗਏ ਆ ਰਹਿ ਗਏ ਯੋਗਾ ਅਸਲਮ ਜਿਹੜਾ ਬੇਕਦਰਾ ਜਿਹਾ ਹੌਲਾ ਜਿਹਾ ਮਾੜਾ ਜਿਹਾ ਉਹ ਰਹਿ ਗਿਆ ਜਿਹੜੇ 18 ਸੀ ਨਾ ਅਸ਼ਰਫ 18 ਸਾਡੇ 6 ਬੰਦੇ ਮਰੇ ਤੁਸੀਂ ਜਦੋਂ ਆਏ ਪਾਕਿਸਤਾਨ ਦੇ ਵਿੱਚ ਤੇ ਐਸੇ ਪਿੰਡ 'ਚ 38 'ਚ ਆਏ ਸੀ ਕਿ ਹੋਰ ਪਿੰਡ 'ਚ ਆਏ ਸੀ ਅਸੀਂ ਆਏ ਹਾਂ ਪਹਿਲਾਂ 18 'ਚ ਆਏ ਹਾਂ 2 ਦਿਨ ਰਹੇ ਫਿਰ ਅਸੀਂ 6 ਫਾਜ 18-12 ਹਾਂ ਚੀਚਾ ਵਦਨ 12 ਅਤੇ ਮੁੜ ਕੇ ਫਿਰ ਮੈਂ ਚਲੇ ਗਿਆ ਵਾਂ ਸਾਡਾ ਬਾਪ ਉੱਥੇ ਰਿਹਾ ਵਾ ਅਤੇ ਮੈਂ ਚਲੇ ਗਿਆ ਵਾਂ ਗਾਂ ਸ਼ੇਖ ਫਾਜ਼ਲ ਹੈ ਸ਼ੇਖ ਫਾਜ਼ਲ ਦਾ ਨਾਂ ਜਾਣਦੇ ਹੋ ਹਾਂਜੀ ਉੱਥੇ ਜ਼ਮੀਨ ਸਾਨੂੰ ਦੂਰ ਮੁਰੱਬਾ ਮੈਨੂੰ ਪਾ ਦਿੱਤਾ ਕਿੰਨਾ ਤੁਸੀਂ ਆਪ ਲਿਆ ਭਰਾਵਾਂ ਨੂੰ ਅੱਧਾ ਅੱਧਾ ਗੌਰਮੈਂਟ ਨੇ ਦਿੱਤਾ ਤੁਹਾਨੂੰ ਉਹ ਇੱਦਾਂ ਸੀ ਵੀ ਉਹ ਲੈਣਾ ਨਾ ਦੇਣਾ ਉਹ ਸੀ ਕਿਸ਼ਤਾਂ ਦਾ 700 ਰੁਪਈਆ ਅੱਧੇ ਮੁਰੱਬੇ ਦਾ ਉਦੋਂ ਕਿਸ਼ਤੀ ਇਹੋ ਸੀ ਮੁੱਲ ਇਹੋ ਸੀਗਾ 100 ਰੁਪਈਆ ਕੇ ਲਾ ਬੈ ਮਿਲਦੀ ਸੀ ਅੱਛਾ ਉਹ ਜਦੋਂ ਇੰਨਾ ਕੁ ਹੋ ਗਿਆ ਕਿ ਮੁੜ ਕੇ ਮੈਂ ਕਹਿੰਦਾ ਜਿਹੜੀ ਸਾਡੀ ਪਿਛਲੀ ਜ਼ਮੀਨ ਉਹ ਜਿਹੜਾ ਪਟਵਾਰੀ ਤੁਹਾਡੀ ਇੰਡੀਆ ਵਿੱਚ ਜ਼ਮੀਨ ਸੀ ਉਹਦੀ ਗੱਲ ਕਰ ਫਿਰ ਸਾਡੀ ਜਿਹੜੀ ਪਿਛਲੀ ਜ਼ਮੀਨ ਉਹ ਆਉਣੀ ਸੀ ਨਾ ਉਹ ਪਟਵਾਰੀ ਨੇ ਕਿਹਾ ਉਹ ਵਾਕਫ ਚੰਗਾ ਹੋ ਗਿਆ ਫਿਰ ਉਹ ਕਹਿਣ ਲੱਗਾ ਵੀ ਉਹ ਯੂਨਿਵ ਲੱਗਾ ਖੂਹ ਸੱਤ ਤੋਂ ਜਿੱਥੇ ਬੈਠੇ ਸੀ ਉਹ ਤੋਂ ਮਰਬਾ ਹਟਵਾ ਸਹੀ ਉਹਦੇ ਵਿੱਚ ਬੋਰ ਲੱਗਾ ਸੀ ਤਗੜਾ ਅਤੇ ਇੱਕ ਪੱਕਾ ਕੋਠਾ ਬਣਿਆ ਅਤੇ ਇੱਕ ਟੂਏ ਲੱਗਾ ਸੀ ਹਾਂਜੀ
ਤੇ ਉਹ ਜ਼ਮੀਨ ਤੁਸੀਂ ਤੁਹਾਨੂੰ ਮੁਰੱਬਾ ਪਾ ਦਿੰਦੇ ਤੂੰ ਕਹਿੰਦਾ ਜੇ ਸਾਡਾ ਪਿੱਛੇ ਮੁਰੱਬੇ ਤੋਂ ਜਾਰੀ ਸੀ ਡੂਢ ਮੁਰੱਬਾ ਤਿੰਨਾਂ ਭਰਾਵਾਂ ਨੂੰ ਤੁਹਾਨੂੰ ਡੂਢ ਮੁਰੱਬਾ ਆਏ ਉਹ ਨਹੀਂ ਨਹੀਂ ਆਈ ਦੀ ਫਿਰ ਮੈਂ ਤੈਨੂੰ ਸੁਣਾਉਣਾ ਜਿਹੜੀ ਆਈ ਆ ਉਹ ਜ਼ਮੀਨ ਫਿਰ ਸਾਨੂੰ ਪਾਇਆ 12 ਕਿੱਲੇ ਹਾਂ 12 ਫਿਰ 15 ਹੋ ਗਿਆ ਦੋ ਵਾਰੀ ਉਹ ਲਿਆਂਦੀ ਇੱਕ ਮੰਡੀ ਮੰਡਕੁਲਾ ਸੀ ਨਾ ਸਾਡੇ ਪਿੰਡ ਦਾ ਨਾਂ ਉਹ ਵਿੱਚੋਂ ਭੁੱਲ ਗਿਆ ਜਮਾਲ ਨੂੰ ਤੋਂ ਦੱਸਣ ਦਾ ਅਤੇ ਉਹ ਫਿਰ ਉਹਨੂੰ ਮੈਂ ਇੱਥੋਂ ਘੱਲਿਆ ਫਿਰ ਉਹ 3 ਕਿੱਲੇ ਫਿਰ ਪੈ ਗਿਆ 15 ਕਿੱਲੇ ਪੈ ਗਿਆ ਪਿਛਲੇ ਸੀਗੇ 30 ਕਿੱਲੇ ਉਹ ਕਿੰਨਾ ਸਾਹੀ ਮਾਮਲਾ ਨਹੀਂ ਸੀ ਦਿੰਦੇ ਚਾਰਾਂ ਨੇ ਮਾਮਲਾ ਸੀ ਕਿੱਲੇ ਨੂੰ ਉਹ ਬਰਾਨੀ ਸੀ ਨਾ ਨਹਿਰੀ ਸੀ ਅਤੇ ਮੰਡ ਦੀ ਇਲਾਕਾ ਸੀ ਦਰਿਆ ਦਾ ਇਲਾਕਾ ਅਤੇ ਬਾਬਾ ਤੁਸੀਂ ਇਹ ਦੱਸੋ ਕਿ ਤੁਸੀਂ ਕਿੰਨੇ ਭਰਾ ਰਹਿ ਗਏ ਭੈਣਾਂ ਕਿੰਨੀਆਂ ਰਹਿ ਗਈਆਂ ਕਿੰਨੇ ਫੌਤ ਹੋ ਗਏ ਨੇ ਨਾ ਕੋਈ ਭੈਣ ਰਹਿ ਗਈ ਅੱਛਾ ਮੈਂ ਇਕੱਲਾ ਹੀ ਹਾਂ ਇਕੱਲਾ ਹੀ ਛਿਆਂ ਦੇ ਵਿੱਚ ਛਿਆਂ ਵਿੱਚ ਸਾਰੇ ਫੌਤ ਹੋ ਗਏ ਨੇ ਬਾਕੀ ਪਿਓ ਅਜੇ ਲਾਂਭੇ ਆ ਭੈਣਾਂ ਵੀ ਲਾਂਭੇ ਆ ਜਿਹੜੇ ਖਾਸ ਸਾਡੀ ਰਾਤ ਹੈ ਨਾ ਖਾਸ ਉਹ ਇਹ ਰਹਿ ਗਈ 98 ਚੋਂ ਅੱਛਾ ਜਿਹੜਾ ਮੇਰ ਆ ਉਹਦੀ ਜੋ ਅਸਲਮ ਰਹਿ ਗਿਆ ਮੈਂ ਕੱਲ ਸਾਰੀ ਦਿਹਾੜੀ ਇੱਕ ਬੰਦਾ ਦੇਖ ਲਵਾਂ ਨਾ ਬਾਬਾ ਜਿਗਰੀ ਯਾਰ ਤੁਹਾਡਾ ਲਗੋਟੀਆ ਯਾਰ ਉਹਦਾ ਨਾਮ ਦੱਸੋ ਸਾਨੂੰ ਤੂੰ ਕੀ ਕਰਨਾ ਮੈਂ ਤਾਂ ਗੱਲ ਕਰਦਾ ਮੈਂ ਸਾਰਿਆਂ ਨੂੰ ਜਾਣਦਾ ਸਾਰਿਆਂ ਨੂੰ ਜਾਣਦਾ ਸਾਰਿਆਂ ਦੇ ਨਾਂ ਰਾਤੀ ਗਿਣੇ ਆ ਆਹ ਬੰਦਾ ਤੂੰ ਦੇ ਚਲੋ 3-4 ਦੱਸੋ ਹੈ 3-4 ਦੱਸੋ ਯਾਰਾਂ ਦਾ ਨਾਮ ਬੇਲੀਆਂ ਦਾ ਨਾਮ ਦੱਸੋ ਇੱਕ ਫਰੀਦ ਸੀ ਤੇ ਇੱਕ ਫਰੀਦ ਸੀ ਉਹਨੂੰ ਗੰਗੂ ਕਹਿੰਦੇ ਸੀ ਅੱਛਾ ਵੜਿਆ ਕੇ ਵੀ ਭਾਰਾ ਨਾਂ ਅੱਛਾ ਉਹ ਮਾਲ ਚ ਰਹਿੰਦੇ ਹੁੰਦੇ ਇੱਕ ਗਫੂਰ ਸਵਾ ਉਹਨੂੰ ਜੱਗਾ ਕਹਿੰਦੇ ਸੀ ਮੁਸਲਮਾਨ ਸੀ ਤੁਹਾਡੇ ਦੋਸਤ ਉਹ ਸਾਡੇ ਚਾਚਿਆਂ ਦੇ ਪੁੱਤ ਸੀ ਅੱਛਾ ਇੱਕ ਤਾਇਆ ਦੇ ਪੁੱਤ ਸੀ ਮੰਦਾ ਖੈਰੇ ਦੇ ਪੁੱਤ ਅਤੇ ਮੰਦਾ ਉਹ ਹੀ ਛਿੜਿਆ ਵਾ ਹੁਣ ਤਾਂ ਹੀ ਪਰ ਉਮਰ ਰਿਹਾ ਜੀ ਅਤੇ ਬੜਾ ਜਵਾਨ ਸੀ ਉਹ ਉਹਦੇ ਨਾਲ ਕਿਸੇ ਨੇ ਤੁਸੀਂ ਇਹ ਦੱਸੋ ਜਿਹੜਾ ਤੁਸੀਂ ਕਹਿੰਦੇ ਮੈਂ ਸਿੱਖ ਮਾਰਿਆ ਮਰ ਗਿਆ ਸੀ ਫਿਰ ਤੁਹਾਨੂੰ ਮੁਸ਼ਕਿਲ ਨਹੀਂ ਹੋਈ ਉੱਥੋਂ ਲਾਗੇ ਨਹੀਂ ਆਏ ਅੱਛਾ ਤੁਹਾਡੇ ਨੇੜੇ ਨਹੀਂ ਅੱਛਾ ਚਲੋ ਠੀਕ ਹੈ ਬਾਬਾ ਜੀ ਸਹੀ ਹੋ ਇਦਾਂ ਦੇ ਸਰਦੇ ਰਹੇ ਹੁਣ ਮੈਂ ਤੈਨੂੰ ਕੀ ਗੱਲਾਂ ਸੁਣਾਵਾਂ ਬੜੀਆਂ ਬੜੀਆਂ ਗੱਲਾਂ ਇਹ ਤੋਂ ਹੋਈਆਂ ਗਈਆਂ ਬਹੁਤ ਬੜੀਆਂ ਬੜੀਆਂ ਹੋਈਆਂ ਗੱਲਾਂ ਅਸੀਂ ਇਹ ਖਬਰਿਆ ਕਿੱਦਾਂ ਹੁਣ ਤਾਈ ਮੈਂ ਬਚਿਆ ਸਾਡੇ ਸਾਰੇ ਪਿੰਡ ਦੇ ਬੰਦੇ ਜਿਹੜੇ ਸੀ ਨਾ ਪਿੱਛੋਂ ਆਏ ਮੰਡ ਦੇ ਉਹ ਕੋਈ ਨਹੀਂ ਉੱਥੇ ਹੋ ਸਭ ਮਰ ਗਏ ਸਹੀ ਇੱਕ ਮੈਂ ਪਤਾ ਨਹੀਂ ਅੜਿਆ ਜਾਂਦਾ ਕਿੱਦਾਂ ਅੜਿਆ ਜਾਂਦਾ ਚਲੋ ਬਾਬਾ ਜੀ ਠੀਕ ਹੈ ਤੁਹਾਨੂੰ ਅੱਲਾਹ ਪਾਕ ਤੁਹਾਡੀ ਉਮਰ 'ਚ ਹੋਰ ਬਰਕਤ ਪਾਵੇ ਠੀਕ ਹੈ ਬਾਬਾ